ਮੈਂ ਪਿਆਰ ਪੈ ਗਿਆ ਵੀ ਮੈਂ ਬਹੁਤ ਸਾਡੇ ਘਰ ਜਿਹੜਾ ਆਇਆ ਕਿ ਪੁੱਛਣ ਦਾ ਜੀ ਸੁੱਖੇ ਵੀ ਵੀਰੇ ਮੈਂ ਕੀ ਖਾਣਾ ਕਹਿੰਦੇ ਵੀਰੇ ਪਰੌਂਠੇ ਖਾਣੇ ਆਲੂ ਵਾਲੇ ਚਲੋ ਘਰ ਦੇ ਨਾਲ ਬਣਾਏ ਵਧੀਆ ਉਹ ਵਿਚਾਰੇ ਨੇ ਵੀਡੀਓ ਜਿਹੜੀ ਉਹ ਸਾਡੇ ਘਰ ਉਹ ਆਪ ਅਪਲੋਡ ਕਰੀ ਸੀ ਆਪਣੇ ਫੋਨ ਨਾਲ ਜੋ ਅੰਦਰ ਬੜਿਆ ਚਲੋ ਵਧੀਆ ਫਿਰ ਕਲਕੱਤੇ ਨਾਮ ਦੀ ਮੌਤ ਦੇ ਪਿੱਛੇ ਸਟੀਰਾਇਡ ਨੂੰ ਵੀ ਕਿਤੇ ਨਾ ਕਿਤੇ ਕਾਰਨ ਦੱਸਿਆ ਜਾ ਰਿਹਾ ਕਦੇ ਮੇਰਾ ਭਰਾ ਬਣ ਕੇ ਮੈਂ ਗਲਤ ਚੀਜ਼ ਯੂਜ਼ ਕਰਦੇ ਦੇਖਿਆ ਨਹੀਂ ਵੀਰੇ ਪਾਊਂਗਾ ਜੀ ਮੇਰਾ ਭਰਾ ਹੋਣਾ ਬਾਕੀ ਉਹਦੀ ਵਿਚਾਰੇ ਦੀ ਉਹ ਜਾਣਦਾ ਬਾਕੀ ਰੱਬ ਜਾਣਦਾ ਪਰ ਮੈਂ ਝੂਠ ਨਹੀਂ ਮਾਰਦਾ ਵੀ ਮੈਂ ਉਹਨੂੰ ਕੋਈ ਦੇਖਿਆ ਨਹੀਂ ਕੁਛ ਖਾਂਦੇ ਪੀਂਦੇ ਨੂੰ ਹਾਂ ਜੋ ਵੀ ਮਤਲਬ ਮੇਰੇ ਨਾਲ ਰਹਿ ਜਾ ਤੱਕ ਮਤਲਬ ਆਪਾਂ ਇੱਦਾਂ ਦਾ ਕੋਈ ਕੁਛ ਨਹੀਂ ਦੇਖਿਆ ਕਦੇ ਸੋਚਿਆ ਵੀ ਨਹੀਂ ਸਤਨਾਮ ਇੱਦਾਂ ਹੋਜੂਗਾ ਮਤਲਬ ਆਲੇ ਵਾਲੇ ਮੈਨੂੰ ਐਂ ਲੱਗੀ ਜਾਂਦਾ ਹੁਣ ਮੈਂ ਆਪਣੇ ਕਮਰੇ 'ਚ ਵੜਦਾ ਮੈਨੂੰ ਮੇਰਾ ਦਿਲ ਰੋਂਦਾ ਮਖਾਂ ਰੱਬਾ ਇੱਥੇ ਬੈਠੇ ਹੁਣ ਉਹੀ ਫੋਟੋਆਂ ਉਹੀ ਬੈੱਡ ਉੱਥੇ ਹੀ ਬੈਠਾ ਸੀਗਾ ਸਾਰਾ ਕੁਛ ਚੇਤੇ ਜਾਂਦਾ ਮੇਰਾ ਦਿਲ ਮਤਲਬ ਐਂ ਹੁੰਦਾ ਕੱਲ੍ਹ ਘਰ ਦੇ ਜਿਹੜੇ ਬੜਾ ਰੋਏ ਇੰਨਾ ਰੋਏ ਘਰ ਦੇ ਕਿਉਂ ਘਰਦਿਆਂ ਨੇ ਖੁਦ ਆਪਣੇ ਹੱਥ ਨਾਲ ਉਹਨੂੰ ਖਵਾਇਆ ਚਾਹ ਪਾਣੀ ਪਿਲਾਇਆ ਸਾਰਾ ਜੋ ਵੀ ਹੈ ਨਾ ਫਿਰ ਉਹ ਸੀਨ ਚੇਤੇ ਜਾਂਦਾ ਮੇਰੇ ਜਵਾਕ ਵਿਚਾਰੇ ਬੜੇ ਇਮੋਸ਼ਨ ਜੋ ਮੈਨੂੰ ਕੱਲ੍ਹ ਦੇ ਸੋਚਾਂ 'ਚ ਭੈਣ ਵੀ ਕੀ ਹੋ ਗਿਆ ਵੀ ਐਂ ਲੱਗਦਾ ਮੈਨੂੰ ਝੂਠ ਹੁੰਦਾ ਮਤਲਬ ਕੰਮ ਗੱਲਬਾਤ ਆ ਐਂ ਲੱਗ ਰਿਹਾ ਸਾਨੂੰ ਤਾਂ ਵੀ ਐਂ ਵੀ ਸੱਚ ਨਹੀਂ ਹੈਗਾ ਮਤਲਬ ਬੀਤੇ ਦਿਨੀ ਪੰਜਾਬ ਦੇ ਇੱਕ ਨੌਜਵਾਨ ਸਤਨਾਮ ਖੱਟੜਾ ਦੀ ਅਚਾਨਕ ਮੌਤ ਹੋ ਜਾਂਦੀ ਹੈ। ਸਤਨਾਮ ਖੱਟੜਾ ਇਹ ਨਾਮ ਕੋਈ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ। ਇਸ ਨਾਮ ਨੇ ਬਹੁਤ ਵੱਡੀਆਂ ਨਾਮਵਰ ਸ਼ਖਸੀਅਤਾਂ ਨੂੰ ਟ੍ਰੇਨਿੰਗ ਦਿੱਤੀ ਹੈ, ਬਾਡੀ ਬਿਲਡਿੰਗ ਦੇ ਵਿੱਚ ਬਹੁਤ ਵੱਡਾ ਨਾਮ ਨਾ ਖੱਟਿਆ। ਸਤਨਾਮ ਖੱਟੜਾ ਦੀ ਮੌਤ ਤੋਂ ਬਾਅਦ ਸਾਰੇ ਹੀ ਬਾਡੀ ਬਿਲਡਿੰਗ ਦੇ ਜਗਤ ਦੇ ਵਿੱਚ ਇੱਕ ਸਹਿਮ ਦਾ ਵੀ ਮਾਹੌਲ ਹੈ, ਕਿਉਂਕਿ ਸਤਨਾਮ ਖੱਟੜਾ ਦੀ ਉਮਰ ਬਹੁਤ ਘੱਟ ਸੀ। ਸਤਨਾਮ ਖੱਟੜਾ ਦੀ ਇਸ ਤਰ੍ਹਾਂ ਬੇਵਕਤੀ ਮੌਤ ਨੇ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਦੇ ਸਾਥੀਆਂ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ। ਅੱਜ ਸਾਡੇ ਨਾਲ ਮੌਜੂਦ ਨੇ ਸਤਨਾਮ ਖੱਟੜਾ ਦੇ ਕਰੀਬੀ ਅਤੇ ਉਹਨਾਂ ਦੇ ਨਾਲ ਕਾਫੀ ਸਮਾਂ ਬਿਤਾ ਚੁੱਕੇ ਅਤੇ ਖੁਦ ਕਬੱਡੀ ਅਤੇ ਕਬੱਡੀ ਦੇ ਨਾਲ ਲੱਗਦੇ ਬਾਡੀ ਬਿਲਡਿੰਗ ਦੇ ਜਗਤ ਦੇ ਵਿੱਚ ਵੱਡਾ ਨਾਮ ਖੜ ਚੁੱਕੇ ਨੇ, ਸੁੱਖਾ ਬੌਂਸਰ ਦੇ ਨਾਮ ਦੇ ਨਾਲ ਇਹਨਾਂ ਨੂੰ ਤੁਸੀਂ ਸਾਰੇ ਜਾਣਦੇ ਹੋ। ਅੱਜ ਸੁੱਖਾ ਬੌਂਸਰ ਸਾਡੇ ਨਾਲ ਮੌਜੂਦ ਨੇ। ਸੁੱਖਾ ਬੌਂਸਰ ਦੇ ਨਾਲ ਸਤਨਾਮ ਖੱਟੜਾ ਦੇ ਜੀਵਨ ਦੇ ਉੱਤੇ ਵੀ ਗੱਲਬਾਤ ਕਰਾਂਗੇ ਅਤੇ ਸਤਨਾਮ ਖੱਟੜਾ ਦੀ ਮੌਤ ਦੇ ਨਾਲ ਆਈਆਂ ਨਵੀਆਂ ਗੱਲਾਂ ਦੇ ਉੱਤੇ ਵੀ ਚਰਚਾ ਜ਼ਰੂਰ ਕਰਾਂਗੇ। ਸੁੱਖਾ ਬਾਈ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਵੀਰੇ, ਤੁਹਾਡਾ ਭਰਾ ਧੰਨਵਾਦ ਜੀ, ਘਰ ਪਹੁੰਚੋ ਜਿਉਂਦੇ ਵੀਰੇ। ਸੁੱਖ ਬਾਈ, ਸਤਨਾਮ ਦੀ ਬੀਤੇ ਦਿਨਾਂ ਮੌਤ ਹੋਈ ਹੈ ਅਤੇ ਉਹਦੀ ਮੌਤ ਦੇ ਪਿੱਛੇ ਦੇ ਕਾਰਨ ਕੀ ਨਿਕਲ ਕੇ ਆਏ ਨੇ ਹੁਣ ਤੱਕ ਤੁਹਾਨੂੰ, ਕਿਉਂਕਿ ਤੁਸੀਂ ਉਹਨਾਂ ਦੇ ਬਹੁਤ ਕਰੀਬੀ ਦੱਸੇ ਜਾਂਦੇ ਹੋ, ਬੜਾ ਸਮਾਂ ਤੁਸੀਂ ਇਕੱਠਿਆਂ ਨੇ ਬਿਤਾਇਆ ਹੈ, ਕਿਸੇ ਕਿਸਮ ਦੀ ਕੋਈ ਟੈਨਸ਼ਨ ਦੇ ਵਿੱਚ ਨਜ਼ਰ ਆਉਂਦੇ ਸੀ ਜਾਂ ਫਿਰ ਕਿੱਦਾਂ ਦਾ ਸੁਭਾਅ ਸੀ ਉਹਨਾਂ ਦਾ? ਹਾਂਜੀ ਹਾਂਜੀ ਵੀਰੇ, ਬਹੁਤ ਹੀ ਭਰਾ ਘੈਂਟ ਸੀਗਾ ਆਪਣਾ। ਹਾਂਜੀ ਆ 2020 'ਚ ਸਾਡਾ ਇੰਨਾ ਕੁ ਪਿਆਰ ਪੈ ਗਿਆ ਵੀ ਮੈਂ ਬਹੁਤ ਸਾਡੇ ਘਰ ਵਿਚਾਰਾ ਆਇਆ ਕਿ ਪੁੱਛਣ ਦਾ ਜੀ ਸੁੱਖੇ ਵੀ ਵੀਰੇ ਮੈਂ ਕੀ ਖਾਣਾ, ਕਹਿੰਦੇ ਵੀਰੇ ਪਰੌਂਠੇ ਖਾਣੇ ਆਲੂ ਵਾਲੇ ਚਲੋ ਘਰ ਦੇ ਨਾਲ ਬਣਾਏ ਵਧੀਆ। ਉਹ ਵਿਚਾਰੇ ਨੇ ਵੀਡੀਓ ਜਿਹੜੀ ਉਹ ਸਾਡੇ ਘਰ ਉਹਨੇ ਆਪ ਅਪਲੋਡ ਕਰੀ ਸੀ ਆਪਣੇ ਫੋਨ ਨਾਲ ਜੋ ਅੰਦਰ ਬੜਿਆ ਚਲੋ ਵਧੀਆ ਫਿਰ ਕਲਕੱਤੇ ਗਏ ਵੀਰੇ ਨਾਲ, ਕਲਕੱਤੇ ਵਧੀਆ ਉੱਥੇ ਸਾਡਾ ਸਨਮਾਨ ਸੀ ਦੋਵੇਂ ਭਰਾਵਾਂ ਦਾ, ਇੱਕ ਮੁੰਡਾ ਸੀਗਾ ਨਾ ਹੋਰ, ਅਤੇ ਵਧੀਆ ਉਹਦੇ ਨਾਲ ਮੈਂ ਰੂਮ 'ਚ ਰਿਹਾ ਵਿਚਾਰੇ ਨੇ, ਕੋਈ ਇੱਦਾਂ ਦੀ ਗੱਲਬਾਤ ਨਹੀਂ ਮਤਲਬ। ਹਾਂ ਰੋਟੀ ਪਾਣੀ ਮੈਨੂੰ ਕਹਿੰਦੇ ਤੂੰ ਬਹੁਤ ਵਧੀਆ ਖਾਣਾ ਡਾਇਟ, ਕਹਿੰਦਾ ਜਿਵੇਂ ਕੁਛ ਮੈਂ ਦਹੀਂ ਮੰਗਾ ਲਈ, ਕਦੇ ਕਦੇ ਮੈਂ ਕਦੇ ਚਿਕਨ ਮੰਗਾ ਲਿਆ ਉੱਥੇ ਰੂਮ 'ਚ, ਮੈਨੂੰ ਕਹਿੰਦਾ ਖੁਰਾਕ ਸੋਹਣੀ ਖਾਂਦਾ, ਕਹਿੰਦਾ ਮੈਂ ਵੀ ਤੁਸੀਂ ਬਹੁਤ ਘੱਟ ਖਾਂਦੇ ਹੋ, ਕਹਿੰਦਾ ਹਾਂ ਥੋੜ੍ਹੀ ਮੈਂ ਘੱਟ ਖਾਂਦਾ, ਕਹਿੰਦਾ ਜਾਣੀ। ਬਾਕੀ ਮੇਰੇ ਨਾਲ ਘੱਟੋ ਘੱਟ 5-6 ਦਿਨ ਰਿਹਾ ਕਲਕੱਤੇ, ਅਸੀਂ ਰੂਮ 'ਚ ਇਕੱਠੇ ਹੁੰਦੇ ਸੀਗੇ, ਕੋਈ ਇੱਦਾਂ ਦੀ ਗੱਲਬਾਤ ਨਹੀਂ, ਬਹੁਤ ਵਧੀਆ ਜਰਾ ਵਧੀਆ ਗੱਲ ਕਰਦਾ ਸੀ ਹਮੇਸ਼ਾ ਮਤਲਬ ਪਰਿਵਾਰ ਵਾਲੀ ਵਧੀਆ। ਮੈਨੂੰ ਕਹਿੰਦਾ ਤੂੰ ਵਧੀਆ ਤੇਰੇ, ਕਹਿੰਦਾ ਚੱਲ ਬੱਚੇ ਨੇ ਹੈ ਨਾ, ਚੱਲ ਬਹੁਤ ਮੈਨੂੰ ਸਮਝਾਉਂਦਾ ਸੀ, ਮੈਨੂੰ ਬੜੀ ਘੈਂਟ ਮੈਨੂੰ ਗੱਲਾਂ। ਫਿਰ ਬਾਅਦ 'ਚੋਂ ਅਸੀਂ ਆਪਣੇ ਬਠਿੰਡੇ ਗਏ ਗੱਡੀ 'ਚ, ਮੈਨੂੰ ਘਰੋਂ ਅੱਗ ਲੈ ਜਾਂਦਾ ਸੀਗਾ, ਫਿਰ ਅਸੀਂ ਨਵੇਂ ਸ਼ਹਿਰ ਗਏ ਜਿੰਮ ਦੀ ਓਪਨਿੰਗ ਕਰਨ, ਮਤਲਬ ਬਹੁਤ ਆਪਣੇ ਨਾਲ ਵੀਰੇ ਪਿਆਰ। ਪਰ ਕਦੇ ਮੇਰਾ ਭਰਾ ਬਣ ਕੇ ਮੈਂ ਗਲਤ ਚੀਜ਼ ਯੂਜ਼ ਕਰਦੇ ਦੇਖਿਆ ਨਹੀਂ ਵੀਰੇ, ਪਾਊਂਗਾ ਜੀ ਮੇਰਾ ਭਰਾ ਹੋਣਾ ਬਾਕੀ ਉਹਦੀ ਵਿਚਾਰੇ ਦੀ ਉਹ ਜਾਣਦਾ ਬਾਕੀ ਰੱਬ ਜਾਣਦਾ, ਪਰ ਮੈਂ ਝੂਠ ਨਹੀਂ ਮਾਰਦਾ ਵੀ ਮੈਂ ਉਹਨੂੰ ਕੋਈ ਦੇਖਿਆ ਨਹੀਂ ਕੁਛ ਖਾਂਦੇ ਪੀਂਦੇ ਨੂੰ, ਹਾਂ ਜੋ ਵੀ ਮਤਲਬ ਮੇਰੇ ਨਾਲ ਰਹਿ ਜਾ ਤੱਕ ਮਤਲਬ ਆਪਾਂ ਇੱਦਾਂ ਦਾ ਕੋਈ ਕੁਛ ਨਹੀਂ ਦੇਖਿਆ। ਸੁੱਖੇ ਦਾ ਜੇ ਸੁੱਖੇ ਤੁਹਾਡੇ ਥਰੂ ਪੁੱਛੀਏ ਤਾਂ ਜਿਹੜਾ ਸਤਨਾਮ ਦੇ ਕਿਹਾ ਜਾ ਰਿਹਾ ਕਿ ਸਤਨਾਮ ਦਾ ਸੁਭਾਅ ਕਾਫੀ ਮਿਲਣ ਵਰਤਣਾ, ਕਿਉਂਕਿ ਉਹਦੇ ਪਿੰਡ 'ਚ ਵੀ ਗੱਲਬਾਤ ਹੁੰਦੀ ਹੈ ਅਤੇ ਕਹਿੰਦੇ ਵੀ ਕਾਫੀ ਮਲਾਪੜੇ ਸੁਭਾਅ ਦਾ ਸੀ, ਅਤੇ ਪਹਿਲਾਂ ਜਿਹੜਾ ਉਹਦਾ ਜੇ ਪਿਛੋਕੜ ਦੇਖੀਏ ਤਾਂ ਸਤਨਾਮ ਦਾ ਕਾਫੀ ਨਸ਼ਿਆਂ ਦੇ ਵਿੱਚੋਂ ਵੀ ਨਿਕਲ ਕੇ ਗਿਆ ਕਿ ਅਜਿਹੀ ਗੱਲਾਂ ਸਤਨਾਮ ਨੇ ਕਦੇ ਤੁਹਾਡੇ ਨਾਲ ਸ਼ੇਅਰ ਕੀਤੀਆਂ?
ਵੀਰ ਜੀ ਮੈਂ ਕਦੇ ਭਰਾ ਨੇ ਪੁਰਾਣੀ ਗੱਲ ਕਦੇ ਪੁੱਛੀ ਨਹੀਂ ਮੇਰਾ ਵੀਰ ਆਪਾਂ ਨੂੰ ਕਿ ਮੈਂ ਮਤਲਬ ਹਾਂ ਸੁਣਦਾ ਸੀਗਾ ਵੀ ਵੀਰਾ ਪਹਿਲਾਂ ਹੁਣ ਜਰਾ ਵੀ ਜਿਵੇਂ ਵਿਆਹ ਤੋਂ ਕੋਈ ਚੱਕਰ ਜਿਹਾ ਪੈ ਗਿਆ ਸੀ, ਕੋਈ ਰਿਸ਼ਤਾ ਟੁੱਟ ਗਿਆ ਸੀ, ਬਾਅਦ 'ਚੋਂ ਨਸ਼ੇ ਲੱਗ ਗਿਆ ਸੀਗਾ ਹੁਣ ਨਾ, ਬਾਅਦ 'ਚੋਂ ਫਿਰ ਸਹੀ ਲੈਣ 'ਤੇ ਆਇਆ ਵੀ ਹੁਣ ਦੇਖਿਆ ਵੀ ਹੈ ਨਾ ਇਹ ਗਲਤ ਕੰਮ ਮੈਂ ਪੈ ਗਿਆ, ਫਿਰ ਸਹੀ ਵਿਚਾਰਾ ਫਿਰ ਦੁਬਾਰਾ ਵਧੀਆ ਲੈਣ 'ਤੇ ਆਇਆ, ਮਤਲਬ ਆਹ ਗੱਲ ਜ਼ਰੂਰ ਚਲੋ ਦੁੱਸੀ ਸੁਣੀ ਵੀ ਆ, ਪਰ ਇੱਦਾਂ ਦੀ ਕੋਈ ਗੱਲ ਨਹੀਂ ਮੇਰਾ ਭਰਾ ਬਣ ਕੇ ਮੇਰੇ ਸਾਹਮਣੇ ਬਾਈ ਨੇ ਕੁਛ ਨਹੀਂ ਆ ਦਿਖਾਦਾ ਵੀ ਇੱਦਾਂ, ਮਤਲਬ ਮੇਰੇ ਨਾਲ ਤਾਂ ਵਧੀਆ ਸੁਭਾਅ ਰਿਹਾ, ਮਤਲਬ ਵਿਚਾਰਾ ਕਿਸੇ ਨਾਲ ਫੋਟੋ ਕਰਵਾਉਣੀ ਜਾਂ ਕਿਸੇ ਮੇਰੇ ਨਾਲ ਜਾਂਦੀ ਬਾਹਰ ਲੋਕ ਚਾਹੁੰਦੇ ਜੀ, ਬੜੇ ਇੱਜ਼ਤ ਨਾਲ ਬੜੇ ਪਿਆਰ ਨਾਲ, ਮਤਲਬ ਐਨ ਬਹੁਤ ਪਿਆਰ ਨਾਲ, ਮਤਲਬ ਜਿਵੇਂ ਆਪਾਂ ਨੂੰ ਕਹਿ ਦਈਏ ਬਹੁਤ ਫਖਰ ਬੰਦਾ ਸੀ, ਵਧੀਆ ਸੀ ਵੀਰੇ ਮੇਰੇ ਨਾਲ ਤਾਂ ਯਾਰ ਬੜਾ ਘੈਂਟ ਰਿਹਾ ਵੀਰੇ, ਬਾਕੀ ਲੋਕਾਂ ਨਾਲ ਉਹਨਾਂ ਦੇ ਪਿੰਡ ਦੱਸਦੇ ਨੇ ਬਹੁਤ ਵਧੀਆ ਸੀਗਾ, ਸਹੀ ਸੱਚੀ ਗੱਲ ਆ, ਉਹੀ ਕਹਿੰਦਾ ਉਹਨੇ ਆਪਾਂ ਨੂੰ ਝੂਠ ਮਾਰ ਕੇ ਵੀਰੇ ਕੀ ਲੈਣਾ ਯਾਰ। ਅਤੇ ਬੀਤੇ ਦਿਨ ਸਤਨਾਮ ਦੀ ਜਦੋਂ ਮੌਤ ਹੁੰਦੀ ਹੈ ਅਤੇ ਉਸ ਤੋਂ ਬਾਅਦ ਤੁਸੀਂ ਵੀ ਉਹਦੇ ਪਿੰਡ ਪਹੁੰਚੇ ਹੋਵੋਗੇ, ਅਤੇ ਸਤਨਾਮ ਦੀ ਮੌਤ ਦੇ ਪਿੱਛੇ ਦੇ ਕਾਰਨ ਪਤਾ ਲੱਗੇ ਨਹੀਂ ਅੱਜ ਤੱਕ ਤੁਹਾਨੂੰ ਕੀ ਲੱਗ ਰਿਹਾ, ਕਿਉਂਕਿ ਜੇਕਰ ਮੀਡੀਆ ਸੁਰੱਖਿਆ ਦੀ ਮੰਨੀਏ ਤਾਂ ਕਿਹਾ ਜਾ ਰਿਹਾ ਕਿ ਸਤਨਾਮ ਨੂੰ ਜਿਹੜਾ ਹਾਰਟ ਅਟੈਕ ਆਇਆ ਹੈ, ਪਰ ਜੇ ਪਰਿਵਾਰਕ ਜਿਸ ਤਰ੍ਹਾਂ ਤੁਸੀਂ ਪਰਿਵਾਰਕ ਮੈਂਬਰਾਂ ਨੂੰ ਮਿਲੇ ਹੋਵਾਂਗੇ, ਕੀ ਕਿਉਂ ਹੋਈ, ਕੀ ਉਸ ਤੋਂ ਪਹਿਲਾਂ ਹੋਇਆ ਹੈ, ਕੁਛ ਪਤਾ ਲੱਗਿਆ? ਵੀਰੇ ਯਾਰ ਉਹ ਕਹਿੰਦੇ ਵੀ ਜਿਵੇਂ ਉਹਦਾ ਜਿਹੜਾ ਨਾਲ ਮੁੰਡਾ ਰਹਿੰਦਾ ਸੀ ਆਪਣਾ ਭਰਾ ਰਸ਼ਪਾਲ, ਉਹ ਕਹਿੰਦਾ ਸੁੱਕੇ ਵੀਰੇ ਮਤਲਬ ਜਿਵੇਂ ਵੀ ਅੱਜ ਸ਼ਾਮ ਨੂੰ ਮੈਂ ਜਿਵੇਂ ਰਾਤ ਨੂੰ ਮਤਲਬ ਉਹਨੇ ਪੂਰਾ ਹੋਣਾ ਜਿਵੇਂ ਕਹਿ ਦੀਏ, ਕਹਿੰਦਾ ਦਰਦ ਹੁੰਦਾ ਸੀ ਉਹਨੂੰ ਛਾਤੀ 'ਤੇ ਮਾੜਾ ਮਾੜਾ, ਪਤਾ ਵੀ ਇੱਦਾਂ ਮਤਲਬ ਕਹਿੰਦੀ ਮੇਰੇ ਦਰਦ ਹੁੰਦਾ, ਕਹਿੰਦਾ ਉਹਨੇ ਫਿਰ ਕਿਸੇ ਨੂੰ ਡਾਕਟਰ ਨੂੰ ਪੁੱਛਿਆ ਵੀ ਮੈਂ ਵੀ ਮੇਰੇ ਦਰਦ ਹੋ ਰਿਹਾ, ਕਹਿੰਦਾ ਟੈਸਟ ਕਰਾਇਆ ਨਹੀਂ, ਕਹਿੰਦਾ ਹਾਂ ਕਹਿੰਦਾ ਖੂਨ 'ਚ, ਕਹਿੰਦਾ ਮਤਲਬ ਇਨਫੈਕਸ਼ਨ ਆਈ ਆ, ਚਲੋ ਫਿਰ ਉਹ ਕਹਿੰਦਾ ਤੂੰ ਫਿਰ ਕੱਲ੍ਹ ਨੂੰ ਕਹਿੰਦਾ ਮੇਰੇ ਕੋਲ ਆ, ਫਿਰ ਕੱਲ੍ਹ ਕੀ ਸੀ ਤੈਨੂੰ ਪਤਾ, ਫਿਰ ਕੱਲ੍ਹ ਦਾ ਕਿੱਥੇ ਦੂਰ, ਫਿਰ ਰਾਤ ਵੀਰ ਜੀ, ਫਿਰ ਕਹਿੰਦਾ 3 ਵਜੇ ਕਹਿੰਦਾ ਜਦੋਂ ਮਤਲਬ ਘਰੋਂ ਗੱਡੀ ਬਾਹਰ ਉਹਨੂੰ ਪਿੰਡ ਤੋਂ ਬਾਹਰ ਕੱਢਿਆ, ਮਤਲਬ ਪਿੰਡ ਤੋਂ ਬਾਹਰ ਜਾਂਦੇ ਕਹਿੰਦੇ ਪੂਰਾ ਹੋ ਗਿਆ, ਮਤਲਬ ਉੱਥੋਂ ਫਿਰ ਗੱਡੀ ਘੁਮਾ ਲਈ, ਮਤਲਬ ਬਹਿ ਕੇ ਕਹਿੰਦਾ ਉੱਥੋਂ ਹੀ, ਮਤਲਬ ਕਿਉਂ ਹਸਪਤਾਲ ਤੱਕ ਪਤਾ ਨਹੀਂ ਗਏ ਕਿ ਨਹੀਂ ਗਏ, ਪਰ ਪਿੰਡ ਨਿਕਲਦੇ ਸਾਰੀ ਪੂਰਾ ਹੋ ਗਿਆ ਸੀ ਉਹ। ਅੱਛਾ, ਹਾਂਜੀ ਹਾਂਜੀ, ਕੀ ਹੋਇਆ ਕੀ ਸੀ ਪਤਾ ਲੱਗਿਆ? ਵੀ ਜਿਵੇਂ ਇਹ ਵੀ ਸੁਣ 'ਚ ਆਇਆ ਕਿ ਖੂਨ ਦੀਆਂ ਉਲਟੀਆਂ ਵੀ ਜਿਹੜੀਆਂ ਸਤਨਾਮ ਨੂੰ ਆਈਆਂ ਨੇ ਉੱਥੇ। ਵੀਰ ਜੀ ਹਾਂ, ਮਤਲਬ ਦੱਸਦੇ ਉਹਨਾਂ ਦੇ, ਮਤਲਬ ਅੱਜ ਪਿੰਡ ਮਾਤਾ ਜੀ ਦੱਸਦੇ ਉਹਨਾਂ ਨੇ ਦੱਸਿਆ ਮੈਨੂੰ ਤਾਂ ਵੀਰੇ, ਮੈਂ ਤਾਂ ਨਾ ਗੱਲ ਸੁਣੀ ਨਾ ਭਰਾ ਨਾ ਦੇਖੀ ਆ, ਜਾਣੀ ਸੁਣਿਆ ਜ਼ਰੂਰ ਅੱਜ ਮੈਂ, ਜਿਵੇਂ ਉਹਨਾਂ ਦੀ ਪਿੰਡ ਦੇ ਮਾਤਾ ਜੀ ਕਹਿ ਸੀ ਕਹਿੰਦੇ ਖੂਨ ਦੀ ਉਲਟੀਆਂ ਆਈਆਂ ਨੇ, ਬਾਕੀ ਇੰਨੀ ਗੱਲ ਸੁਣੀ। ਬਾਕੀ ਵੀਰੇ ਯਾਰ ਭਰਾ ਬਣ ਕੇ, ਬਾਕੀ ਆਪਾਂ ਦੇਖ ਨਾ ਤਾਂ ਜਿਹੜਾ ਕੋਈ ਦੇਖਿਆ ਆਪਣੇ ਨਾਲ ਰਿਹਾ ਕਲਕੱਤੇ, ਕੋਈ ਚੀਜ਼ ਨਹੀਂ ਦੇਖਿਆ ਉਹਨੂੰ ਗੱਲ ਦਿਖਾਉਂਦੇ ਨੂੰ, ਮਤਲਬ ਹੁਣ ਕਲਕੱਤੇ ਨਾਲ ਰਿਹਾ 5-6 ਦਿਨ ਵਿਚਾਰਾ ਵਧੀਆ ਘੁੰਮਦਾ ਰਿਹਾ, ਰਾਤ ਨੂੰ ਅਸੀਂ ਇੱਕ ਦਿਨ ਗਏ ਫਰੂਟ ਲੈਣ, ਇੱਕ ਯਾਨੀ ਕਈ ਵਾਰ ਅਸੀਂ ਘੁੰਮਦੇ ਸੀ, ਪਰ ਕੋਈ ਇੱਦਾਂ ਦੀ ਗੱਲ ਨਹੀਂ ਦੇਖੀ ਮਤਲਬ ਕੋਈ ਗਲਤ ਚੀਜ਼ ਯੂਜ਼ ਕਰਦਾ ਹੋਵੇ। ਬਾਕੀ ਮੈਂ ਇਹ ਭਰਾਵਾਂ ਨੂੰ ਕਹਿੰਦਾ ਜਿਹੜੀ ਮੇਰੇ ਵੀਰ ਆ ਨਾ ਜਿਹੜੇ ਜਿੰਮ ਨਵੇਂ ਕਰਦੇ ਪਏ, ਮੇਰਾ ਭਰਾ ਬਣ ਕੇ ਵੀ ਚੀਜ਼ਾਂ ਨਾ ਵਰਤੇ ਉਹਨਾਂ ਸਟੀਰੋਇਡ ਵਗੈਰਾ, ਮੇਰਾ ਭਰਾ ਕੋਈ ਯਾਨੀ ਕਿ ਕਿਉਂਕਿ ਇਹਦਾ ਵੀਰੇ ਜ਼ਹਿਰ, ਆਪਾਂ ਪੈਸੇ ਦੇ ਕੇ ਆਪਾਂ ਖੁਦ ਜ਼ਹਿਰ ਲੈਂਦੇ, ਠੀਕ ਹੈ ਨਾ, ਪੈਸੇ ਦੇ ਕੇ ਆਪਾਂ ਜ਼ਹਿਰ ਲੈ ਰਹੇ ਹਾਂ, ਤੁਸੀਂ ਮੇਰਾ ਭਰਾ ਇੰਨੀ ਖੁਰਾਕ ਆ ਯਾਰ, ਇੰਨਾ ਖੁਰਾਕ ਆ, ਉਹ ਲੋਕ ਭਾਲਦੇ ਨੇ 2 ਮਹੀਨੇ ਯਾਰ, 2-2 ਸਾਲ ਲੱਗਦੇ ਨੇ ਬੰਦੇ ਨੂੰ ਮਤਲਬ ਸੋਚਦੇ ਨੂੰ ਮੈਂ ਕੀ ਖਾ ਰਿਹਾ, ਅਤੇ 2 ਸਾਲਾਂ ਦੇ ਬੰਦੇ ਨੂੰ ਸਰੀਰ ਬਣਾਉਂਦੇ, 4-5 ਸਾਲ ਦਾ ਗੇਮ ਹੈਗੀ, ਬੰਦੇ ਸੋਚਦੇ ਨੇ ਵੀ ਅਸੀਂ ਸਾਲ 'ਚ ਸਾਹਣ ਵਰਗੇ ਬਣ ਜੀ, ਉਹ ਤਾਂ ਫਿਰ ਤੁਸੀਂ ਮੌਤ ਵਾਲਾ ਕੰਮ ਕਰੋਗੇ, ਜੇ ਸਾਲ 'ਚ 2 ਮਹੀਨੇ 'ਚ ਕਹੋਗੇ ਤਕੜੇ ਹੋ ਜਾਣਗੇ। ਸਤਨਾਮ ਦੀ ਮੌਤ ਦੇ ਪਿੱਛੇ ਸਟੀਰੋਇਡ ਨੂੰ ਵੀ ਕਿਤੇ ਨਾ ਕਿਤੇ ਕਾਰਨ ਦੱਸਿਆ ਜਾ ਰਿਹਾ, ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਸਤਨਾਮ ਦੀ ਮੌਤ ਹੁੰਦੀ ਹੈ, ਸਟੀਰੋਇਡ ਨੇ ਵੀ ਕਿਤੇ ਨਾ ਕਿਤੇ ਉੱਥੇ ਆਪਣਾ ਕਮਾਲ, ਜਿਹੜਾ ਕਮਾਲ ਸਟੀਰੋਇਡ ਨੇ ਵੀ ਦਿਖਾ ਦਿੱਤਾ? ਵੀਰੇ ਮੇਰਾ ਭਰਾ ਬਣ ਕੇ ਜਿਹੜਾ ਅਟੈਕ ਆ, ਐਂ ਤਾਂ ਅਟੈਕ ਮੇਰੇ ਮਾਮਾ ਜੀ ਨੂੰ ਹੋਇਆ ਸੀ, ਉਹ ਵੀ ਮੇਰੇ ਪੂਰੇ ਹੋ ਗਏ ਸੀ, ਉਹਨਾਂ ਦੀ ਉਮਰ ਮੇਰਾ 50 ਸਾਲ ਤੋਂ ਪੁਰਾਣੀ ਆ, ਐਂ ਸਾਡੇ ਪਿੰਡ 'ਚ ਕੋਈ ਬੰਦੇ ਨੂੰ ਅਟੈਕ ਹੋਏ ਨੂੰ, ਉਹ ਵੀ ਉਹਨਾਂ ਦੀ ਵੀ ਉਮਰ ਹੋਈ 50-60 ਸਾਲ ਹੈ, ਮਤਲਬ ਘੱਟ ਉਮਰ ਨੂੰ, ਪਰ ਐਂ ਵੀ ਸਤਨਾਮ ਲੋਕ ਜਾਂਦੇ ਵੀ ਉਹਨੂੰ ਅਟੈਕ ਹੋਏ, ਹੁਣ ਦੂਜੇ ਲੋਕਾਂ ਨੂੰ ਅਟੈਕ ਨਹੀਂ ਹੁੰਦਾ ਜਦੋਂ ਸਤਨਾਮ, ਐਂ ਤਾਂ ਹੁਣ ਸਾਰੇ ਇੰਨੇ ਪੰਜਾਬ 'ਚ ਕਿੰਨੇ ਮੁੰਡੇ ਨੇ, ਹੁਣ ਕਿੰਨੇ ਤਕੜੇ ਮੁੰਡੇ ਗੇਮ ਕਰਦੇ ਨੇ, ਉਹਨਾਂ ਨੂੰ ਅਟੈਕ ਹੁੰਦਾ, ਮਤਲਬ ਜੇ ਉਹਨਾਂ ਦੀ ਉਮਰ ਵੀ ਲੰਘ ਗਈ। ਇਹਦਾ ਵੀਰ ਇੱਕ ਮੇਰਾ ਭਰਾ ਬਣ ਕੇ ਲੋਕਾਂ ਨੇ ਮਤਲਬ ਉੱਦਾਂ ਕਿਹਾ, ਲੋਕ ਹੁਣ ਉਹਦੇ ਮਰਮ 'ਚ ਗਲਤ ਗੱਲਾਂ ਕਰ ਰਹੇ ਨੇ, ਵੈਸੇ ਲੋਕਾਂ ਨੂੰ ਚਾਹੀਦਾ ਨਹੀਂ, ਇੰਨਾ ਵਧੀਆ ਬੰਦਾ ਯਾਰ, ਉਹਨੂੰ ਸਾਰੇ ਪਹਿਲਾਂ ਭਾਜੀ ਭਾਜੀ ਕਹਿੰਦੇ, ਹੁਣ ਉਹਨੂੰ ਗਲਤ ਕਹਿਣ ਲੱਗ ਗਏ। ਤੁਸੀਂ ਖੁਦ ਬਾਡੀ ਬਿਲਡਿੰਗ ਦੇ ਜਗਤ ਦੇ ਨਾਲ ਸੰਬੰਧਿਤ ਹੋ, ਕੀ ਲੱਗਦਾ ਹੈ ਕਿ ਜਿਹੜੇ ਬਾਡੀ ਬਿਲਡਿੰਗ ਦੇ ਵਿੱਚ ਇਸ ਸਮੇਂ ਜਿਹੜੇ ਆ ਰਹੇ ਨੇ ਜਾਂ ਜਿਨ੍ਹਾਂ ਨੇ ਆਉਣਾ ਹੈ ਜਾਂ ਜਿਹੜੇ ਚੱਲ ਵੀ ਰਹੇ ਨੇ, ਸਟੀਰੋਇਡ ਦੀ ਵਰਤੋਂ ਹੋ ਰਹੀ ਹੈ ਕਿਤੇ ਨਾ ਕਿਤੇ ਇਸ ਲਾਈਨ ਦੇ ਵਿੱਚ ਜਾਂ ਨਹੀਂ? ਵੀਰੇ ਮੇਰਾ ਹਿਸਾਬ ਨਾਲ ਮੇਰਾ ਭਰਾ ਬਣ ਥੋੜ੍ਹੀ ਬਹੁਤ ਲੋਕ ਕਰਦੇ ਨੇ, ਪਰ ਲੋਕਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਜ਼ਹਿਰ ਲੈ ਰਹੇ ਹਾਂ। ਹੁਣ ਯਾਰ ਦੇਖ, ਹੁਣ ਦੇਖ, ਜਿਹਨੂੰ ਪਤਾ ਮੇਰਾ ਪਰਿਵਾਰ ਹੈ ਨਾ ਜਾਂ ਕੁਛ ਸੋਚਦਾ, ਉਹ ਤਾਂ ਨਹੀਂ, ਉਹਦਾ ਸੋਚੂਗਾ ਨਹੀਂ ਯਾਰ ਖੁਰਾਕ ਹਾਂ ਵੱਧ, ਮੈਂ ਉਹਦੇ ਨਾਲ ਤੁਸੀਂ ਯਾਰ ਵੱਧ ਖੁਰਾਕ ਕਰ ਦਿਓ। ਦੇਖੋ ਜੇ ਸਟੀਰੋਇਡ ਅਤੇ ਖੁਰਾਕ ਦੇ ਵਿੱਚ ਕੀ ਅੰਤਰ ਕੀ ਹੈ, ਕਿਉਂਕਿ ਜੇ ਸਟੀਰੋਇਡ ਦੇ ਮਗਰ ਜਾਂਦੇ ਨੇ ਕੀ ਸਸਤਾ ਪੈਂਦਾ ਖੁਰਾਕ ਦੇ ਨਾਲੋਂ? ਵੀਰੇ ਖੁਰਾਕ ਨੂੰ ਸਸਤਾ ਨਹੀਂ, ਮੇਰਾ ਭਰਾ ਸਟੀਰੋਇਡ ਦਾ ਵੀਰੇ ਇੱਦਾਂ, ਉਹ ਮਤਲਬ ਬੰਦੇ ਨੂੰ ਜਲਦੀ ਤਕੜਾ ਕਰਾਉਂਦਾ, ਬਸ ਲੋਕ ਜਲਦੀ ਭਾਲਦੇ ਨੇ। ਤਕੜਾ ਕਰਦਾ ਜਾਂ ਸਰੀਰ ਦੇ ਵਿੱਚ ਫਲਾਵਟ ਲਿਆ, ਮਤਲਬ ਉਹੀ ਤਕੜਾ ਫਲਾਵਟ ਹੋ ਗਈ, ਜਿਵੇਂ ਹੁਣ ਇੱਕ ਖੁਰਾਕ ਨਹੀਂ ਕਰਨਾ ਆਪਣਾ ਹੌਲੀ ਹੌਲੀ ਕੰਮ, ਜਦੋਂ ਆਪਾਂ ਖੁਰਾਕ ਖਾਣੀ ਉਹਨੇ ਹੌਲੀ ਹੌਲੀ ਕੰਮ ਕਰਨਾ ਖੁਰਾਕ ਦੇ ਅੰਦਰੋਂ, ਅਤੇ ਜਿਹੜਾ ਸਟੀਰੋਇਡ ਉਹਨੇ ਉਹਨੂੰ ਸਪੀਡ ਨਾਲ ਕੰਮ ਕਰਨਾ। ਅੱਜ ਕੱਲ੍ਹ ਲੋਕ ਭਾਲਦੇ
ਮੇਰਾ ਪ੍ਰੋਟੀਨ ਖਾਵੇ ਵਧੀਆ ਆਂਡੇ ਖਾਵੇ ਕਦੇ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਸਟੀਰੋਇਡ ਦੀ ਵਰਤੋਂ ਕੀਤੀ ਵੀਰੇ ਮੇਰਾ ਭਰਾ ਬਣ ਕੇ ਦੇਖ ਵੀਰੇ ਮੈਨੂੰ ਤਾਂ ਦੇਖ ਮੇਰਾ ਵੀਰ ਮੈਂ ਆਪਣੇ ਵਿਆਹ ਤੋਂ ਬਾਅਦ ਜਿੰਮ ਲੱਗਿਆ ਵੀਰੇ ਜਦੋਂ ਮੇਰਾ ਵਿਆਹ ਹੋ ਗਿਆ ਠੀਕ ਹੈ ਨਾ ਕਿਉਂਕਿ ਬ੍ਰਦਰ ਦੇਖ ਦੋ ਮੁੰਡੇ ਨੇ ਰੱਬ ਦੀ ਕਿਰਪਾ ਨਾਲ ਦੋਨੇ ਮੁੰਡੇ ਮੇਰੇ ਇਹੋ ਜਿਹੇ ਨੇ ਇੱਕ ਮੁੰਡਾ ਜਾਣੀ ਤੁਹਾਨੂੰ ਫੜ ਲੂਗਾ ਹੈ ਛੋੜ ਪਰ ਉਹਨੇ ਕੋ ਮਤਲਬ ਦੇਖੋ ਵੀ ਉਹ ਵੀ ਮੇਰੇ ਨਾਲ ਰਹਿੰਦੇ ਨੇ ਉਹ ਸਿਰਫ ਉਹਨੂੰ ਦੇਖ ਪਾਪਾ ਜੀ ਆਪਾਂ ਇਕੱਲਾ ਪ੍ਰੋਟੀਨ ਜਾਂ ਮਤਲਬ ਹੋਰ ਖੁਰਾਕ ਵੀਰੇ ਆਪਣੀ ਖੁਰਾਕ ਇੰਨੀ ਮੇਰੀ ਵਾਈਫ ਵੀ ਸਰਦਨ ਥੱਕ ਜਾਂਦੀ ਬਣਾ ਬਣਾ ਕੇ ਵੀ ਯਾਰ ਇੰਨੀ ਖਾ ਮੈਂ ਕਿਹਾ ਸੋਚਦਾ ਮੈਂ ਜੇ ਕੋਈ ਹੋਰ ਦੀ ਪੜ੍ਹੀ ਲਿਖੀ ਘਰ ਵਾਲੀ ਤਾਂ ਉਹਨੇ ਰਹਿਣਾ ਨਹੀਂ ਸੀ ਮੇਰੇ ਕੋਲੋਂ ਹਾਂ ਆਹ ਗੱਲ ਵੀਰੇ ਉਹ ਵਿਚਾਰੀ ਬਹੁਤ ਧਿਆਨ ਰੱਖਦੀ ਆਪਣਾ ਤੇ ਜੇ ਸੁੱਖੇ ਦੀ ਖੁਰਾਕ ਦੀ ਗੱਲ ਕਰੀਏ ਤਾਂ ਖੁਰਾਕ 'ਚ ਕੀ ਹੈ ਸੁੱਖੇ ਦੀ ਖੁਰਾਕ ਬਹੁਤ ਹੈ ਵੀਰੇ ਯਾਰ ਹੁਣ ਤੂੰ ਮੇਰਾ ਭਰਾ ਖੁਰਾਕ ਮੈਂ ਮੋਟੀ ਮੋਟੀ ਦੱਸਦਾ ਠੀਕ ਹੈ ਕਿਉਂਕਿ ਮੇਰੇ ਭਰਾ ਦੇਖੋ ਫਿਰ ਸਮਾਂ ਜ਼ਿਆਦਾ ਲੰਘਾ ਕਿਉਂਕਿ ਸਵੇਰੇ ਮੈਂ ਮੋਰਨਿੰਗ ਉੱਠਦਾ ਮੇਰਾ ਭਰਾ ਸਵੇਰੇ ਉੱਠ ਕੇ ਪਹਿਲਾਂ ਬ੍ਰਦਰ ਮੈਂ ਮੂੰਹ ਮਤ ਹੋ ਗਿਆ ਨਾ ਪਹਿਲਾਂ ਮੈਂ ਔਲੇ ਦਾ ਮੁਰੱਬਾ ਖਾਂਦਾ ਕਿਉਂਕਿ ਠੰਡਾ ਬਹੁਤ ਹੁੰਦਾ ਠੀਕ ਹੈ ਚਾਹੇ ਗਰਮੀ ਜਾਂ ਸਿਆਲ ਮੈਂ ਖਾਣੇ ਖਾਣਾ ਅਤੇ ਉਸ ਤੋਂ ਬਾਅਦ ਵੀਰੇ ਫਿਰ ਮੈਂ ਦੁੱਧ ਨਾਲ ਮੇਰਾ ਭਰਾ ਬਣ ਕੇ ਰਾਤ ਦੀ ਰੋਟੀ ਖਾਣਾ ਮੇਰੇ ਦੋ ਚਾਰ ਜਿੰਨੇ ਮਿਲ ਜਾਣ ਦੁੱਧ ਕਰਕੇ ਵਧੀਆ ਸ਼ੱਕਰ ਸ਼ੁਕਰ ਪਾ ਕੇ ਉਸ ਤੋਂ ਬ੍ਰਦਰ ਬਾਅਦ ਫਿਰ ਮੇਰਾ ਭਰਾ ਬਣ ਕੇ ਮੇਰਾ ਪ੍ਰੋਟੀਨ ਹੁੰਦਾ ਵੀਰੇ ਪ੍ਰੋਟੀਨ ਸ਼ੇਕ ਅਤੇ ਉਸ ਤੋਂ ਬਾਅਦ ਵੀਰੇ ਮੇਰੇ ਫਿਰ ਹੁੰਦੇ ਨੇ ਆਂਡੇ ਦਾਲਾਂ ਦਾ ਉਸ ਤੋਂ ਬਾਅਦ ਫਿਰ ਮੇਰਾ ਹੁੰਦਾ ਦਲੀਆ ਦਿਹਾੜੀ ਤਿੰਨ ਟਾਈਮ ਫਿਰ ਦੋ ਟਾਈਮ ਮੈਂ ਜੂਸ ਪੀਣਾ ਵੀਰੇ ਘਰ ਬਣਾ ਕੇ ਆਪਣਾ ਘਰ ਦਾ ਜੀ ਮੈਂ ਬਾਹਰੋਂ ਨਹੀਂ ਮੈਂ ਹਰੇਕ ਚੀਜ਼ ਹੀ ਘਰ ਦੀ ਖਾਣਾ ਬਾਹਰੋਂ ਇੱਕ ਫਰੂਟ ਖਾਣਾ ਬਸ ਲੈ ਕੇ ਵੀ ਜਿਹੜਾ ਮੇਰੇ ਘਰ ਨਹੀਂ ਉੱਗ ਸਕਦਾ ਉਹ ਜਿਵੇਂ ਸੇਬ ਹੋ ਗਏ ਹੈ ਨਾ ਕੇਲੇ ਜੋ ਵੀ ਕੁਛ ਫਰੂਟ ਅਨਾਰ ਨੂਰ ਉਹ ਸਾਰਾ ਬਾਹਰੋਂ ਮੈਂ ਲੈ ਕੇ ਆਉਂਦਾ ਬਾਕੀ ਸਾਰਾ ਸਮਾਨ ਘਰ ਤਿਆਰ ਹੁੰਦਾ ਮਤਲਬ ਜੋ ਵੀ ਜਾਂ ਫਿਰ ਬਦਾਮ ਬਦੂਮ ਵਗੈਰਾ ਬਾਹਰੋਂ ਹੁੰਦੇ ਨੇ ਬਸ ਅਤੇ ਪ੍ਰੋਟੀਨ ਵਗੈਰਾ ਹਾਂਜੀ ਪ੍ਰੋਟੀਨ ਵੀ ਉਹ ਖਾਣਾ ਜਿਹੜਾ ਪੂਰਾ ਘੈਂਟ ਬ੍ਰਾਂਡ ਹੋਵੇ ਪਹਿਲਾਂ ਕਹਿ ਦਿੰਦੇ ਅਗਲੇ ਨੂੰ ਜੇ 3000 ਦਾ 3500 ਲੈ ਲਾ ਪਰ ਚੀਜ਼ ਮੈਨੂੰ ਉਹ ਮਿਲੇ ਵੀ ਕੋਈ ਇੱਦਾਂ ਦੀ ਗੱਲਬਾਤ ਨਾ ਹੋਵੇ ਕਿਉਂਕਿ ਚੀਜ਼ ਆਪਣੀ ਸਿਹਤ ਲਈ ਖਾਣੀ ਆਪਾਂ ਕਿਹੜਾ ਕੋਈ ਖਿਲਵਾੜ ਕਰਨਾ ਵੀਰੇ ਅੱਜ ਕੱਲ੍ਹ ਲੋਕ ਇਹ ਗੋਲੀਆਂ ਪੀਸ ਕੇ ਵੇਚੀ ਜਾਂਦੇ ਨੇ ਨਾ ਮਸਟੇ ਉਹਦੇ ਪ੍ਰੋਟੀਨ ਦੇ ਵਿੱਚ ਜਿਵੇਂ ਭੁੱਖ ਵਾਲੀ ਗੋਲੀਆਂ ਵਿੱਚ ਆਟਾ ਰਲਾਦਾ ਲੋਚਰੇ ਨਵੇਂ ਮੁੰਡੇ ਨੂੰ ਕੀ ਪਤਾ ਕੀ ਆ ਉਹਨਾਂ ਦਾ ਖਾਣ ਦੀ ਕਰਨੀ ਆ ਆਹ ਗੱਲ ਵੀਰੇ ਬਹੁਤ ਧਿਆਨ ਨਾਲ ਚੱਲਣਾ ਪੈਂਦਾ ਮੇਰੇ ਭਰਾ ਇਹ ਲਾਈਨ 'ਚ ਨਾ ਬੜੀ ਨਿਗਾਹ ਰੱਖਣੀ ਪੈਂਦੀ ਸਰੀਰ ਦੀ ਕੋਈ ਚੰਗੇ ਬੰਦੇ ਨੂੰ ਮੰਨੋ ਜਾਂ ਕੁਛ ਕੋਈ ਕਰਨੀ ਗੇਮ ਹੈ ਨਾ ਆਪਾਂ ਕਈ ਆਪਾਂ ਅੱਜ ਕੱਲ੍ਹ ਆਪਣੀ ਮਰਜ਼ੀ ਨਾਲ ਕਰੀ ਜਾਂਦੇ ਨੇ ਫਿਰ ਬਾਅਦ ਚੋਂ ਸਾਨੂੰ ਲੀਵਰ ਹੋ ਗਈ ਉਹ ਹੋ ਗਿਆ ਇਹ ਫਿਰ ਇੱਦਾਂ ਪ੍ਰੋਬਲਮ ਹੁੰਦੀ ਮੇਰਾ ਬੜਾ ਧਿਆਨ ਰੱਖਣਾ ਪੈਂਦਾ ਹੁਣ ਸਾਨੂੰ ਵੀਰੇ ਅਸੀਂ ਹੁਣ ਮੈਨੂੰ 10 ਸਾਲ ਹੋ ਗਏ ਮੈਨੂੰ ਸਾਰਾ ਪਤਾ ਲੱਗ ਗਿਆ ਵੀ ਕਿਵੇਂ ਗੇਮ ਕਰੀਦੀ ਕਈ ਖਾਈਦਾ ਕਿੱਦਾਂ ਕਿਵੇਂ ਆ ਗੱਲ ਹੈ ਹਾਂਜੀ ਹਾਂਜੀ ਅਤੇ ਜਾਂਦੇ ਜਾਂਦੇ ਇੱਕ ਗੱਲ ਮੈਂ ਹੋਰ ਜ਼ਰੂਰ ਪੁੱਛਣਾ ਚਾਹਾਂਗਾ ਕਿ ਸਤਨਾਮ ਦੇ ਨਾਲ ਬਿਤਾਏ ਹੋਏ ਪਲਾਂ ਦੇ ਵਿੱਚ ਕੋਈ ਅਜਿਹਾ ਪਲ ਹੋਵੇ ਜਿਹੜਾ ਅੱਜ ਵੀ ਯਾਦ ਕਰਦੇ ਹੋ ਕਿ ਸਤਨਾਮ ਦੇ ਨਾਲ ਜਿਹੜੇ ਇੰਨਾ ਸਮਾਂ ਬਿਤਾਇਆ ਦੇ ਵਿੱਚੋਂ ਇਹ ਪਲ ਬੜਾ ਵਧੀਆ ਰਿਹਾ ਪਲ ਤਾਂ ਵੀਰੇ ਮੈਨੂੰ ਸਾਰੇ ਬੜੇ ਘੈਂਟ ਲੱਗੇ ਮੇਰਾ ਭਰਾ ਬਣ ਗਿਆ ਉਦਣ ਮੈਂ ਬੜਾ ਵਧੀਆ ਲੱਗਿਆ ਜਦੋਂ ਕਹਿੰਦਾ ਸੌਖੇ ਵੀਰੇ ਕਹਿੰਦਾ ਪਰੌਂਠੇ ਖਾਣੇ ਮੈਂ ਕਹਿੰਦਾ ਮੈਂ ਕਿਹਾ ਵੀਰੇ ਕਾਹਦੇ ਵਾਲੇ ਕਹਿੰਦਾ ਆਲੂ ਵਾਲੇ ਮਾਂ ਵੀਰੇ ਲੈ ਤੂੰ ਆ ਜਦੋਂ ਗੱਡੀ ਰੋਕੀ ਉਦੋਂ ਤਿਆਰ ਹੋ ਗਏ ਸੀਗੇ ਆਉਂਦੇ ਵੱਲ ਮੈਂ ਪਰੌਂਠੇ ਸਿਖਾਏ ਗਰਮ ਗਰਮਾ ਛੱਕ ਵੀਰੇ ਫਿਰ ਚਲੋ ਉੱਥੋਂ ਛੱਕ ਕੇ ਫਿਰ ਗੱਲਾਂ ਗੁੱਲਾਂ ਮਾਰਦੇ ਫਿਰ ਉੱਥੇ ਪਹੁੰਚੇ ਤੇ ਓਪਨਿੰਗ ਸੀਗੀ ਉੱਥੇ ਬੜਾ ਪਿਆਰ ਮਿਲਿਆ ਬਹੁਤ ਇੱਜ਼ਤ ਮਾਣ ਮਿਲੀ ਮਤਲਬ ਉਹ ਬਾਈ ਚਲੋ ਦੇਖੋ ਜੀ ਫਿਰ ਇੱਕ ਵਾਰੀ ਮੇਰੀ ਲਾਸਟ ਗੱਲ ਹੋਈ ਫੋਨ 'ਤੇ ਬਸ ਉਹਦੇ ਨਾ ਪਹਿਲਾਂ ਜਿਹੜੀ ਲਾਸਟ ਗੱਲ ਜਿਹੜੀ ਸੁੱਖੇ ਦਿਨ ਜਿਹੜੀ ਫੋਨ 'ਤੇ ਗੱਲ ਹੋਈ ਮੇਰੇ ਨਾਲ ਲਾਸਟ ਗੱਲ ਇਹ ਤਾਂ ਮੈਂ ਕਹਿੰਦਾ ਹਾਲੇ ਸਾਰਾ 20-25 ਦਿਨ ਹੋਏ ਨੇ ਉਹਦੀ ਮਾਸੀ ਦਾ ਮੁੰਡਾ ਮੈਨੂੰ ਫੋਟੋ ਖਿਚਾਉਣਾ ਸੀਗਾ ਅਤੇ ਉਹ ਘਰ ਦੇ ਬਾਹਰ ਖੜਾ ਸੀਗਾ ਮੈਨੂੰ ਸਤਨਾਮ ਦਾ ਫੋਨ ਆਇਆ ਮੇਰੀ ਮਾਸੀ ਦਾ ਮੁੰਡਾ ਤੇਰੇ ਪਿੰਡ ਆਇਆ ਮੈਂ ਕਿਹਾ ਹਾਂਜੀ ਵੀਰੇ ਤੇਰੀ ਮਾਸੀ ਦਾ ਮੁੰਡਾ ਮੈਂ ਕਿਹਾ ਆਪਣਾ ਹੀ ਭਰਾ ਹੀ ਆ ਮੈਂ ਕਿਹਾ ਜੇ ਤੂੰ ਨਾ ਵੀ ਕਹਿੰਦਾ ਯਾਰ ਫੋਨ ਕਰਦਾ ਮੈਂ ਤਾਂ ਵੀ ਆਪਾਂ ਕਿਹੜਾ ਕਿਸੇ ਨੂੰ ਨਾ ਕਰਦਾ ਫੋਟੋ ਲਿਆ ਆਪਣੇ ਜਿਹੜੇ ਕੋਈ ਬੜੀ ਵੱਡੀ ਗੱਲ ਮੈਂ ਕਿਹਾ ਆਪਾਂ ਨੂੰ ਲੋਕ ਪਿਆਰ ਹੀ ਕਰਦੇ ਨੇ ਤਾਂ ਹੀ ਅਗਲਾ ਘਰ ਪਹੁੰਚਦਾ ਉਹਨੂੰ ਚਾਹ ਪਾਣੀ ਬਾਈ ਨੂੰ ਬੁਲਾਇਆ ਫੋਟੋ ਖਿਚਾ ਕੇ ਘਰੇ ਗਿਆ ਜਿਹੜਾ ਖੁਸ਼ ਹੁੰਦਾ ਕਹਿੰਦਾ ਮੈਂ ਸਤਨਾਮ ਦੀ ਮਾਸੀ ਦਾ ਮੁੰਡਾ ਮੈਂ ਕਿਹਾ ਵੀਰੇ ਫੋਨ ਆ ਗਿਆ ਮੈਨੂੰ ਸਤਨਾਮ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਸਤਨਾਮ ਦੇ ਨਾਲ ਕੋਈ ਪਲਾਨ ਸੀ ਕਿਤੇ ਦਾ ਵੀ ਜਾਂ ਕਿਤੇ ਕੋਈ ਟੂਰਨਾਮੈਂਟ ਹੋਵੇ ਜਾਂ ਫਿਰ ਕਿਸੇ ਕਿਸਮ ਦਾ ਹੋਰ ਕੋਈ ਸਤਨਾਮ ਦੇ ਨਾਲ ਕੋਈ ਕਿਸੇ ਕਿਸਮ ਦੀ ਕੋਈ ਪਲੈਨਿੰਗ ਚੱਲਦੀ ਹੋਵੇ ਹਾਂਜੀ ਹਾਂਜੀ ਵੀਰੇ ਮੈਨੂੰ ਆਪਣੇ ਭਰਾ ਦਾ ਫੋਨ ਆ ਰਿਹਾ ਸੀਗਾ ਆਪਣੇ ਇੱਧਰ ਗੁਰਦਾਸਪੁਰ ਕੋਲ ਕਬੱਡੀ ਕੱਪ ਆਪਣੇ ਕੱਪ ਕਰਾਉਣਾ ਸੀਗਾ ਕਹਿੰਦਾ ਤੂੰ ਤਾਂ ਸੁੱਖੇ ਨਹੀਂ ਕਹਿੰਦਾ ਦੋਵਾਂ ਭਰਾਵਾਂ ਨਾਲ ਥੋੜ੍ਹਾ ਸਨਮਾਨ ਕਰਨਾ ਕਹਿੰਦਾ 25-25 ਹਜ਼ਾਰ ਨਾਲ ਵੀ ਤੁਹਾਨੂੰ ਦੋਵਾਂ ਨੂੰ 50,000 ਰੁਪਏ ਦੇਣਾ ਮਤਲਬ ਅਤੇ ਵੀਰਾ ਲਾਡੀ ਲਵਾਉਣਾ ਯੂ ਐਸ ਤੋਂ ਭਰਾ ਉਹਦਾ ਬੜਾ ਉਹ ਵਿਚਾਰਾ ਸਤਨਾਮ ਬੜਾ ਪਿਆਰ ਕਰਦਾ ਸੀਗਾ ਪਿਆਰ ਆਪ ਦੋਵਾਂ ਬਰਾਬਰ ਹੀ ਮਤਲਬ ਉਹ ਪਿਛਲੀ ਵਾਰੀ ਮੈਂ ਕਹਿੰਦਾ ਤੁਸੀਂ ਤੂੰ ਸੁੱਖੇ ਦੋਨੇ ਆਇਓ ਕਹਿੰਦਾ ਭਰਾ ਕਹਿੰਦਾ ਇੱਕ ਗੱਡੀ ਜਮਾ ਵੀਰੇ ਕੋਈ ਚੱਕਰ ਨਹੀਂ ਅਤੇ ਹੁਣ ਉਹ ਸੈਟਿੰਗ ਚੱਲ ਰਹੀ ਸੀ ਪਤਾ ਨਹੀਂ ਸਤਨਾਮ ਇੱਦਾਂ ਮਤਲਬ ਵੀ ਆਹ ਗੱਲ ਹੋ ਜਾਣੀ ਹੈ ਕਦੇ ਸੋਚਿਆ ਵੀ ਨਹੀਂ ਸਤਨਾਮ ਇੱਦਾਂ ਹੋ ਜਾਊਗਾ ਮਤਲਬ ਆਲੇ ਵਾਲੇ ਮੈਨੂੰ ਐਂ ਲੱਗੀ ਜਾਂਦਾ ਹੁਣ ਮੈਂ ਆਪਣੇ ਕਮਰੇ 'ਚ ਵੜਦਾ ਮੈਨੂੰ ਮੇਰਾ ਦਿਲ ਰੋਂਦਾ ਮੈਂ ਹਾਂ ਰੱਬਾ ਇੱਥੇ ਬੈਠੇ ਹੁਣ ਉਹੀ ਫੋਟੋਆਂ ਉਹੀ ਬੈੱਡ ਉੱਥੇ ਬੈਠਾ ਸੀਗਾ ਸਾਰਾ ਕੁਝ ਚੇਤੇ ਜਾਂਦਾ ਮੇਰਾ ਦਿਲ ਮਤਲਬ ਐਂ ਹੁੰਦਾ ਕੱਲ੍ਹ ਘਰ ਦੇ ਜਿਹੜੇ ਬੜਾ ਰੋਏ ਇੰਨਾ ਰੋਏ ਘਰ ਦੇ ਕਿਉਂਕਿ ਘਰਦਿਆਂ ਨੇ ਖੁਦ ਆਪਣੇ ਹੱਥ ਨਾਲ ਉਹਨੂੰ ਖਵਾਇਆ ਚਾਹ ਪਾਣੀ ਪੁਲਾਇਆ ਸਾਰਾ ਜੋ ਵੀ ਹੈ ਨਾ ਫਿਰ ਉਹ ਸੀਨ ਚੇਤੇ ਜਾਂਦਾ ਮੇਰੇ ਜਵਾਕ ਵਿਚਾਰੇ ਬੜੇ ਇਮੋਸ਼ਨਲ ਜੋ ਪਏ ਨੇ ਕੱਲ੍ਹ ਦੇ ਸੋਚਾਂ 'ਚ ਭੈਣ ਵੀ ਕੀ ਹੋ ਗਿਆ ਵੀ ਐਂ ਲੱਗਦਾ ਵੀ ਝੂਠ ਹੁੰਦਾ ਮਤਲਬ ਕੰਮ ਗੱਲਬਾਤ ਆ ਐਂ ਲੱਗ ਰਿਹਾ ਸਾਨੂੰ ਤਾਂ ਵੀ ਐਂ ਵੀ ਸੱਚ ਨਹੀਂ ਹੈਗਾ ਮਤਲਬ ਹੁਣ ਉਹਦਾ ਫੋਨ ਦਿਲ ਕਰਦਾ ਫੋਨ ਲਾਵਾਂ ਵੀ ਕੋਈ ਚੱਕੂ ਕੌਣ ਐਂ ਹੁੰਦਾ ਮਾਂ ਜੀ ਵੀ ਕੌਣ ਚੱਕੂਗਾ
बाकी परमात्मा वालों अरदास है भी उन्होंने परिवार को मालक ठीक ठाक रखी परमात्मा, चलो चढ़ती कला रखी बस दुआवान ने भीरे यार, बाकी परमात्मा सब न ठीक रखे मेरा भरा, बस माड़ी चीज़ ना भीरे खाओ जी मेरा भरा, बाद चो कोई पछतावना पवे मेरा भरा, बस यही गल है वार वार ना, बाकी तुम समझदार हो सारे जो मेरे भरा सुनोगे भी बस चीज़ चंकी खाए मेरा भाई बन के जो गेम करनी ठीक है ना, बस आह गल भीरे खिलवाड़ ना करना अपना शरीर नाल, क्योंकि जिंदगी भर एक बार मिलती है वार बार नहीं मिलती मेरा भरा। जे कद सतनाम के नाल खाण पीन के मसले तो कद कंपीटिशन भी होया कद भाई सतनाम कहता हो मैं थोड़े बराबर खा के दिखा देव? नहीं नहीं वो समा मैं तेन कह मैं तू घट खाँगा जी मेरे तो हूँ एक दिन मैं पुछप लाने लगे मैंने बिठा लिया कहना सुखी यार तू कि ला देना कहना सवा सवा क्वेंटल बिठा के बंद उपर डंड मैं बीरे यार ये रब न पता मैं हूँ पता नहीं की गलबात है, मैं एक दिन मैंने बिठाया उपर असी डंड अभी मजाक अभी कमरे से लागे मजाक करें क्या बैड उपर मैं डंड लाव उन्हें दो दिन लाए पर औखे बहुत लगे पर मैं पता हूँ मैं तो ला देना चाहे मैं तो दस लवा लो दस तो मैं ला देना चाहे सवा क्वेंटल का बंदा हो बाबे की कृपा ना चलो बेशक भीरे है ना भी खुराक मैं कहना घर की बद खाओ मतलब घर की खुराक बद खाओ जो प्रोटीन बेशक घट खाओ पर खाओ पर वधिया खाओ बस वह कोई नुकसान नहीं प्रोटीन का वो वधिया वो फ्रूटा तो तैयार होंदा भीरे वधिया दालों तो वधिया फ्रूटा तो है ना कोई जैसे आप दालों या फ्रूट खा ले कोई इदा के न होंगे ने जोड़े अपनी बॉडी में वधिया मेनटेन रखते अंदर भुख सोनी लगती है हरेक चीज़ मतलब रिकवरी करते हैं। हाँ जी हाँ जी वह कम है लोग प्रोटीन पाउडर जी पाउडर भी कई तरह का मेरे प्रोटीन वधिया खाओ मेरा भरा मैं कह लगा चंगा खाओ सोहना खाओ वधिया बहरला अपने इंडिया से बहुत मतलब मिलावट बहुत हरेक चीज़ बॉडी बिल्डिंग जगत के सतनाम के घाटे को किस तरह वेख रहे हो फिर यार मेरा भरा बने घाटा भी हूँ सोचते हो यार कद कट्ठे भी हम जरा बने से प्यार हूँ साल हो गया जी इन्ना प्यार भी बाबे की कृपा कद कम कह कहीं ना नहीं करता भी हूँ कट्ठे दोनों भरावान एंट्री मारे कहीं कहीं कद ढोल ना एंट्री बजी कहीं गल से हार पे कहीं ना लोग मैं कहना भी बहुत प्यार मैं हाले अगे होर जाना मैं चलो मैंने अभी मैं परमात्मा कहीं फिल्म से मौका दे दो भरावान चलो चलो सी गल् मन से होर भी पर तुम पता भी बस जो पता नहीं हूँ कुछ समझ नहीं आती की हो गया है बस सुपना ही हो जाता भी सुपना आ रहा पता नहीं ऐ लगे रात सारा तो नहीं दे मैं सुता ही नहीं सारा मैं बस सवेर तक जागी है बस वो गलें दिमाग ना जिन अखा मीचा करा वो मूहे जा रही फिर वो फिर सो बस एवं तीन चार बज गए करते करते खबर कदों मिली मैंने तड़के छे बजे फिरे तड़के छे बजे मैंने फोन आ गया जी क्योंकि लोगों पता उन्होंने खास वह मैंने भरा के फोन आ गए मेरे यार मैंने मंगा मैंने किसी ने फोन नहीं कराया मैंने भरा के फोन सुखे बजे कहना घर पहुँच मैं किलो कहना मेरे अपना सतनाम भीरे कहना पूरा हो गया मैं कहा ये मैं कहा ये कितना कह रहे मैं कोई मजाक कर रहा क्यों किसी मैं नंबर चेक कर मैं हो ही सारा गलबात फिर मैं जो मैं देखा मेरे फोन से फोटो आने लग गई फिर तो मेरा दिल लगे मैं जिम से गया मैं उम्मीद चक्के बैग अपने घर में आ गया मतलब मैं चक्कर आने लगे मैं लगे की हो मैं ऐ लगे भी मैं कद चक्कर आने लगे वो दिमाग वाले जो भी सतनाम कहते इदा मतलब भी फिर तुम मतलब टेंशन जी हो फिर दिमाग से फिर फटाफट कपड़े पा के वो पिंड पा के फिर संस्कार करके फिर आया। सतनाम की मौत के नाल बहुत वड्डा घाटा जिहड़ा बॉडी बिल्डिंग के जगत में पिया है पर किते ना किते जो मीडिया अदारियां दियां क्यासराइयां होण जां फिर किसी सूझवान जगत दियां कह दईए कि क्यासराइयां होण उन्हां दा कहना सी कि किते ना किते जिहड़ी हार्ट अटैक के पिछे कारण है कि एडे वड्डे शरीर नूं चलाउण दे पिछे जदों ब्लड प्रैशर वधदा है तां ओडा शरीर उन्नी चीज़ भी मंगदा है ना तो उस करके किते ना किते उस कमी नूं पूरा करन दे लई जेकर स्टीरॉइड का सहारा लिया जाए तो सब तो वड्डा कारण बन सकता है पर हजे ये सारिया क्यासराइयां ने इन्हां क्यासराइयां नूं सच असी साबित नहीं कर सकते जदों तक कोई मैडिकल रिपोर्टां साडे सामने नहीं आ जांदियां पर सारे ही बॉडी बिल्डिंग दे प्रेमियों बई सुखे होना ने भी हुण कहा है कि जो भी शुरू करते हो तो जल्दी काहली ना करो स्लो एंड स्टडी दे विच इस चीज़ दे विच चलूंगे तो मालक बहुत वड्डियां तरक्कियां बख्श सकता है सो इस करके कोशिश करया करो कि घर दियां खुराकां खाओ तो अजिहियां चीज़ां तो जरूर दूर रहो।